ਕਿਵੇਂ ਆ? ਠੀਕ ਨੀ? ਕੀ ਹੋ ਗਿਆ? ਬਾਪੂ ਨੇ ਵਿਚਾਰੇ ਨੇ ਸਾਰੀ ਉਮਰ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਤੇ ਜਦੋਂ ਬੁਢਾਪੇ 'ਚ ਆ ਗਿਆ ਸਰੀਰ, ਉਹਨਾਂ ਨੇ ਵੀ ਘਰੋਂ ਕੱਢਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੀ ਵੀਡੀਓ ਨੂੰ ਦੇਖ ਕੇ ਇੱਕ ਅਰਦਾਸ ਜ਼ਰੂਰ ਕਰਿਓ ਸਾਰੇ ਬਾਪੂ ਪੰਨੂ ਲਈ। ਬਾਪੂ ਪੰਨੂ ਰਾਮ ਪਠਾਨਕੋਟ ਸ਼ਹਿਰ ਤੋਂ ਮਿਲਿਆ ਸੀ ਸਾਨੂੰ। ਬਾਪੂ ਨੇ ਵਿਚਾਰੇ ਨੇ ਸਾਰੀ ਉਮਰ ਉਹਨਾਂ ਨੇ ਵੀ ਘਰੋਂ ਕੱਢਤਾ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਫੁਗਾਤਾ ਦੇ ਨੇੜੇ ਨਾ, ਰਣਜੀਤ ਨਗਰ ਦੇ ਰਣਜੀਤ ਸਾਗਰ ਡੈਮ ਦੇ ਕੋਲ ਬਹੁਤ ਮਾੜੀ ਹਾਲਤ 'ਚ ਪਿਆ ਸੀ ਬਾਪੂ ਜੀ ਦੇ। ਧੰਨਵਾਦ ਆ ਸਰਦਾਰ ਹਰਜਿੰਦਰ ਸਿੰਘ ਬੇਦੀ ਜੀ, ਜਿਹੜੇ ਉਸ ਟਾਈਮ ਉੱਥੇ SDM ਸੀ ਮੌਜੂਦਾ, ਉਹਨਾਂ ਨੇ ਸਾਨੂੰ ਸੰਪਰਕ ਕੀਤਾ, ਸਾਨੂੰ ਦੱਸਿਆ, ਫਿਰ ਉੱਥੋਂ ਗੱਡੀ ਕਰਾ ਕੇ ਬਾਪੂ ਜੀ ਨੂੰ ਇੱਥੇ ਭੇਜਿਆ ਸਾਡੇ ਕੋਲ। ਬਾਪੂ ਜੀ ਸਾਡੇ ਕੋਲ 3/2/2023 ਨੂੰ ਆਏ ਸੀ। 1.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਬਾਪੂ ਜੀ ਨੂੰ ਸਾਡੇ ਕੋਲ ਰਹਿੰਦਿਆਂ, 1 ਸਾਲ 6 ਮਹੀਨੇ 18 ਦਿਨ। ਅੱਜ ਬਾਪੂ ਜੀ ਆਖਰੀ ਸਾਹਾਂ 'ਤੇ ਨੇ। ਅਰਦਾਸ ਕਰਿਓ ਬਾਪੂ ਜੀ ਦੀ ਸਿਹਤ ਜਾਬੀ ਲਈ। ਬਾਪੂ ਜੀ ਦੇ ਪਿੱਤੇ ਦੇ ਵਿੱਚ ਸੁਰਾਖ ਹੋ ਗਿਆ, ਡਾਕਟਰ ਕਹਿੰਦੇ ਪਿੱਤਾ ਲੀਕ ਹੋ ਰਿਹਾ ਇਹਨਾਂ ਦਾ, ਉਮਰ ਜ਼ਿਆਦਾ ਇਸ ਕਰਕੇ ਆਪਰੇਟ ਵੀ ਨਹੀਂ ਹੋ ਸਕਦਾ। 85 ਤੋਂ 90 ਸਾਲ ਦੀ ਉਮਰ ਆ ਬਾਪੂ ਜੀ ਦੀ। ਡਾਕਟਰ ਕਹਿੰਦੇ ਪਿੱਤਾ ਰਿਮੂਵ ਨਹੀਂ ਹੋ ਸਕਦਾ, ਸਰਜਰੀ ਕਰ ਨਹੀਂ ਸਕਦੇ, ਅਤੇ ਉਹ ਲੀਕੇਜ ਆ ਜਿਹੜੀ ਬਾਪੂ ਜੀ ਦੇ ਉਹ ਅੰਦਰ ਵੱਧਦੀ ਜਾ ਰਹੀ ਹੈ ਟਾਈਮ ਦੀ, ਉਹਦੇ ਨਾਲ ਹਾਰਟ 'ਤੇ ਵੀ ਪ੍ਰੋਬਲਮ ਆ ਰਹੀ ਆ, ਹਾਰਟ ਘੱਟ ਕੰਮ ਕਰ ਰਿਹਾ। ਪੂਰੀ ਵੀਡੀਓ ਦੇਖਿਓ, ਬਾਪੂ ਵਿਚਾਰਾ ਬੋਲ ਵੀ ਨਹੀਂ ਸਕਦਾ ਚੱਜ ਨਾਲ, ਪਰ ਦੱਸਦਾ ਵੀ ਮੇਰੇ ਇੱਥੇ ਦਰਦ ਹੁੰਦਾ, ਹੱਥ ਲਾ ਕੇ ਦੱਸਦਾ, ਦੇਖੋ ਕਿਵੇਂ ਮੇਰੇ ਨਾਲ ਇਸ਼ਾਰੇ 'ਚ ਗੱਲ ਕਰਦਾ ਬਾਪੂ ਪੰਨੂ ਰਾਮ। ਅਰਦਾਸ ਵੀ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਸ਼ਾਇਦ ਕੋਈ ਬਾਪੂ ਪੰਨੂ ਰਾਮ ਦਾ ਕੋਈ ਆਪਣਾ ਹੀ ਆ ਜਾਵੇ ਬਾਪੂ ਨੂੰ ਮਿਲਣ, ਬਾਪੂ ਨੂੰ ਹੌਸਲੇ ਹੋ ਜਾਵੇ ਕਿਸੇ ਆਪਣੇ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਿਵੇਂ ਆ? ਠੀਕ ਨੀ? ਕੀ ਹੋ ਗਿਆ? ਕੀ ਹੋ ਗਿਆ? ਕੀ ਹੋ ਗਿਆ? ਇਹਨਾਂ ਨੂੰ ਕੀ ਦਿੱਕਤ ਆ ਜੀ?